4 ਸਾਲ ਦਾ ਬੱਚਾ ਬਣਿਆ ਲੱਕੜ ਦਾ ਮਿਸਤਰੀ। ਆਸਾਨੀ ਨਾਲ ਚਲਾ ਲੈਂਦਾ ਡ੍ਰਿਲ ਤੇ ਆਰੀ। A4 ਐਪਲ ਦੀ ਥਾਂ ਦੱਸਦਾ A4 ਆਰੀ। ਛੋਟੇ ਛੋਟੇ ਬੱਚਿਆਂ ਨੂੰ ਅਸੀਂ ਅਕਸਰ ਖਿਡੌਣਿਆਂ ਦੇ ਨਾਲ ਖੇਡਦੇ ਦੇਖਦੇ ਹਾਂ, ਪਰ ਅੱਜ ਇੱਕ ਅਜਿਹੇ ਬੱਚੇ ਦੀ ਗੱਲ ਕਰਾਂਗੇ ਜਿਸ ਦੀ ਉਮਰ ਮਹਿਜ 4 ਸਾਲ ਦੀ ਹੈ ਅਤੇ ਉਹ ਵੱਡੇ ਮਿਸਤਰੀਆਂ ਵਾਂਗ ਲੱਕੜ ਦਾ ਕੰਮ ਕਰਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਇਸ 4 ਸਾਲਾਂ ਯੁਵਰਾਜ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਨੂੰ ਗੂਗਲ ਬੁਆਏ ਦੱਸਿਆ ਸੀ ਅਤੇ ਇਹ ਬੱਚਾ ਕੰਨ ਵਿੱਚ ਪੈਨਸਲ ਟੰਗ ਕੇ ਲੱਕੜ ਤੇ ਰੰਦਾ ਲਗਾਉਂਦਾ ਅਤੇ ਆਰੀ ਨਾਲ ਕਟਿੰਗ ਵੀ ਕਰ ਸਕਦਾ ਹੈ। ਪਰ ਇਸ ਬੱਚੇ ਵੱਲੋਂ ABC ਨੂੰ ਵੀ ਆਪਣੇ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਉਹ ਇਹਨਾਂ ਅਕਸ਼ਰਾਂ ਦੇ ਜ਼ਰੀਏ ਟੂਲਸ ਦੇ ਨਾਮ ਦੱਸਦਾ ਹੈ। ਉੱਥੇ ਇਸ ਮੌਕੇ ਇਸ ਦੇ ਪਿਤਾ ਦਾ ਕਹਿਣਾ ਹੈ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਤੇ ਉਹ ਆਪਣੇ ਬੇਟੇ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਨੇ। ਕੀ ਨਾਮ ਹੈ ਤੁਹਾਡਾ? ਯੂਬੀ। ਕਿਹੜੀ ਕਲਾਸ ਪੜ੍ਹਦਾ? 10ਵੀਂ। ਯੂਬੀ ਕੀ ਕੰਮ ਕਰ ਰਹੇ ਹੋ ਪਾਪਾ ਦੇ ਨਾਲ? ਮੈਂ ਲੱਕੜ ਨੂੰ ਪੋਲਿਸ਼ ਕਰਦੇ ਵਾ। ਅੱਛਾ, ਹੋਰ ਕੀ ਕੀ ਕਰਦੇ ਹੋ ਪਾਪਾ ਦੇ ਨਾਲ ਕੰਮ? ਕੀ ਕੀ ਹੁੰਦਾ ਤੁਹਾਨੂੰ? ਮੈਨੂੰ ਫਰੇਮ ਆਉਂਦੀ ਆ ਬਣਾਉਣੀ, ਹੋਰ ਟੀਚਰ ਬਣਾਉਣੀ ਆਉਂਦੀ ਆ, ਹੋਰ ਮੈਨੂੰ ਦਰਵਾਜ਼ਾ ਬਣਾਉਣਾ ਆਉਂਦਾ, ਹੋਰ ਮੈਨੂੰ ਕੁਰਸੀ ਬਣਾਉਣੀ ਆਉਂਦੀ ਆ, ਹੋਰ ਮੈਨੂੰ ਪੱਲਾ ਬਣਾਉਣਾ ਆਉਂਦਾ, ਹੋਰ ਮੈਨੂੰ ਵੱਡਾ ਬਣਾਉਣਾ ਆਉਂਦਾ। ਕਿੰਨੇ ਸਾਲ ਤੋਂ ਕੰਮ ਜਿਹੜਾ ਤੁਸੀਂ, ਕਿੰਨੀ ਉਮਰ ਕਿੰਨੀ ਤੁਹਾਡੀ? 4 ਸਾਲ ਚਲਾ ਲੈਣਾ ਹੁਣ ਮੈਂ ਬੱਸਾਂ ਬਣਾ ਲੈਣਾ ਅੱਛਾ ਤੁਹਾਨੂੰ ਟੂਲ ਦੇ ਨਾਮ ਯਾਦ ਹੈ ਕੀ ਹੁੰਦਾ? ਆਰੀ। ਬੀ ਬੁਲਟ। ਸੀ ਫੋਰ ਕਟਰ। ਡੀ ਫੋਰ ਡੈਲ। ਈ ਅੰਜੀਡੇ। ਅੱਛਾ, ਤੇ ਇਹ ਸਕੂਲ ਬੱਚਿਆਂ ਨਾਲ ਨਹੀਂ ਆਪਣੇ ਖੇਡਦਾ, ਦੋਸਤਾਂ ਨਾਲ ਖੇਡਦਾ? ਆਪਣੇ ਦੋਸਤਾਂ ਨਾਲ ਕਿਦੋਂ ਖੇਡਦਾ? ਨਾ ਹੈ, ਨਹੀਂ ਖੇਡਦਾ। ਪਾਪਾ ਨਾਲ ਕੰਮ ਕਰਾਉਣ ਨਾਲ ਵਧੀਆ ਲੱਗਦਾ ਤੈਨੂੰ? ਵੱਡੇ ਹੋ ਕੇ ਕੀ ਬਣਨਾ? ਇੰਜੀਨੀਅਰ। ਇੰਜੀਨੀਅਰ ਬਣਨਾ। ਕਿਹੜੀ ਕਲਾਸ 'ਚ ਪੜ੍ਹਦੇ ਬੇਟਾ? ਨਰਸਰੀ ਬੂਵਲ। ਨਰਸਰੀ ਸਕੂਲ ਜਾਂਦੇ ਹੋ ਤੇ ਕਿੰਨੇ ਵਜੇ ਆਉਂਦੇ ਹੋ ਫਿਰ ਸਕੂਲੋਂ? 1 ਵਜੇ। 1 ਵਜੇ ਫਿਰ 1 ਵਜੇ ਆ ਕੇ ਫਿਰ ਕੀ ਕਰੇ, ਆ ਕੇ ਖੇਡਦੇ ਹੋ ਕਿ ਪਾਪਾ ਨਾਲ ਕੰਮ ਕਰਾਉਂਦੇ ਹੋ? ਪਹਿਲਾਂ ਮੈਂ ਸੌਂਦਾ ਵਾ, ਰੋਟੀ ਖਾਂਦਾ ਵਾ, ਉਸ ਤੋਂ ਬਾਅਦ ਮੈਂ ਪਾਪਾ ਨਾਲ ਕੰਮ ਕਰਾਉਂਦਾ ਵਾ। ਅੱਛਾ, ਥੋੜ੍ਹਾ ਜਿਹਾ ਕੰਮ ਕਰਕੇ ਦਿਖਾਓਗੇ ਫਿਰ? ਠੀਕ ਹੈ, ਕਰੀਏ ਫਿਰ। ਯੁਵਰਾਜ ਸਿੰਘ ਇਹ ਜਦੋਂ 1 ਸਾਲ ਦਾ ਸੀ, ਮੈਂ ਜਦੋਂ ਮੈਂ ਇੱਕ ਵਾਰੀ ਵੀਡੀਓ ਪਾਈ, ਯੋਗਰਾਜ ਸਿੰਘ ਜੀ ਨੇ ਸ਼ੇਅਰ ਵੀ ਕੀਤੀ ਸੀਗੀ, ਇਹ 1 ਸਾਲ ਦਾ ਸੀ ਜਦੋਂ ਥੋੜ੍ਹਾ ਥੋੜ੍ਹਾ ਚੱਲਣਾ ਸਿੱਖਿਆ ਸੀਗਾ, ਇਹ ਉਦੋਂ ਡਰਿੱਲ ਚਲਾਉਣੀ ਸਿੱਖ ਗਿਆ ਸੀਗਾ ਅਤੇ ਹੁਣ ਮੈਂ ਜਿਹੇ ਸਿਰਫ 4 ਸਾਲ ਦਾ ਵਾ। ਤੁਸੀਂ ਦੇਖਿਆ ਹੋਣਾ ਵੀ ਸੋਸ਼ਲ ਮੀਡੀਆ 'ਤੇ ਵੀ ਇਹ ਦਿਖਾਇਆ ਜਾਂਦਾ ਵਾ, ਇਹ ਸਾਰੇ ਟੂਲ ਚਲਾ ਲੈਂਦਾ ਵਾ ਅਤੇ ਜਿਸ ਤਰ੍ਹਾਂ ਆਪਾਂ ਗੂਗਲ 'ਤੇ ਟੈਪ ਕਰਦੇ ਹਾਂ ਇਹ ਅਤੇ ਆਹ ਵਰਡ 'ਤੇ ਆਹ ਚੀਜ਼ ਨਿਕਲਦੇ ਬੀ ਅਤੇ ਉਹ, ਉਸ ਤਰ੍ਹਾਂ ਐਲਫਾਬੈਟ 'ਤੇ ਇਹ ਸਾਰੇ ਟੂਲਾਂ ਦੇ ਨਾਮ, ਇੰਪੋਰਟੈਂਸ ਅਤੇ ਉਹ ਚਲਾ ਕੇ ਵੀ ਦਿਖਾ ਦਿੰਦਾ ਜੀ ਇਹ। ਹਾਂਜੀ, ਇਹ ਤਾਂ ਜੀ ਸਾਡੇ ਹੈ ਨਾ ਅਸਲ 'ਚ ਜਿਸ ਤਰ੍ਹਾਂ ਬਲੱਡ 'ਚ ਹੁੰਦਾ ਵਾ, ਹੈ ਨਾ ਆਪਣੇ ਕਿੱਤਾ ਸ਼ੁਰੂ ਤੋਂ ਹੁੰਦਾ। ਵੈਸੇ ਮੇਰੇ ਤਾਂ ਕੋਈ ਘਰ 'ਚ ਕੋਈ ਕਿਸੇ ਕੋਈ ਕੰਮ ਕਰਦਾ ਨਹੀਂ ਸੀ ਇਹ, ਮੈਂ ਕਰਦਾ ਸੀਗਾ ਅਤੇ ਮੇਰਾ ਸੁਪਨਾ ਸੀਗਾ ਵੀ ਮੈਂ, ਚਲੋ ਮਾਲਕ ਨੇ ਇੰਨੀ ਹੁਨਰ ਬਖਸ਼ਿਆ ਵਾ
ਵੀ ਸੰਸਾਰ 'ਚ ਕੁਛ ਕਰਕੇ ਜਾਣਾ ਵਾ, ਹੈ ਨਾ, ਵਰਲਡ ਰਿਕਾਰਡ ਕਾਇਮ ਕਰਕੇ ਜਾਣੇ ਆ। ਪਰ ਮੇਰੇ ਨਾਲ ਕੁਛ ਹਾਦਸਾ ਹੋ ਗਿਆ ਸੀਗਾ, ਮੈਨੂੰ ਨਾ ਹੈਪੇਟਾਈਟਿਸ ਬੀ ਹੋ ਗਿਆ ਸੀਗਾ, ਅਤੇ ਜਿਸ ਦੇ ਨਾਲ ਮੇਰੇ ਬਲੱਡ ਦਾ ਪਾਣੀ ਬਣ ਗਿਆ ਸੀ। ਵਾਈਫ ਵੀ ਇਹ ਜੋ ਵੀ ਹਜੇ ਹੋਇਆ ਨਹੀਂ ਸੀਗਾ, ਵਾਈਫ 6 ਮੰਥ ਸੀਗੇ ਹਜੇ, ਅਤੇ ਜੋ ਵੀ ਹੋਇਆ ਨਹੀਂ ਸੀ ਉਸ ਟਾਈਮ, ਅਸੀਂ ਲਾਸਟ ਸਟੇਜ 'ਤੇ ਪਹੁੰਚ ਗਏ ਸੀ, ਡਾਕਟਰਾਂ ਨੇ ਜਵਾਬ ਦਿੱਤਾ ਸੀਗਾ, ਅਤੇ ਮੈਂ ਆਪਦੀ ਜ਼ਿੰਦਗੀ ਦੀ ਨਾ ਆਸ ਛੱਡ ਚੁੱਕਿਆ ਸੀਗਾ। ਉਸ ਤੋਂ ਬਾਅਦ ਮੈਨੂੰ ਨਾ ਜੋਗਰਾਜ ਸਿੰਘ ਜੀ ਨੇ ਹੌਂਸਲਾ ਦਿੱਤਾ ਵੀ ਬੇਟਾ ਇੱਦਾਂ ਨਹੀਂ ਹੁੰਦਾ। ਕਈ ਵਾਰੀ ਹੈ ਨਾ ਕੀ ਹੁੰਦਾ ਵਾ ਵੀ ਸਾਡੇ ਸੁਪਨੇ ਨਾ ਸਾਡੇ ਬੱਚੇ ਨੇ ਪੂਰੇ ਕਰਨੇ ਹੁੰਦੇ ਆ, ਇਸ ਕਰਕੇ ਕੁਦਰਤ ਕੋਈ ਖੇਡ ਰਚਾਉਂਦਾ ਵਾ ਵੀ ਉਹ ਸਾਡੇ ਰਸਤੇ 'ਚ ਰੋੜਾ ਲਾ ਦਿੰਦਾ ਵਾ। ਅਤੇ ਮੇਰੇ ਨਾਲ ਵੀ ਇੱਦਾਂ ਹੀ ਹੋਈ ਸੀ, ਉਹਨਾਂ ਦੱਸਿਆ ਕਿ ਮੈਂ ਵਰਲਡ ਰਿਕਾਰਡ ਦੇ ਵਿੱਚ ਵਰਲਡ ਕੱਪ ਜਿੱਤਣਾ ਚਾਹੁੰਦਾ ਸੀਗਾ, ਵਰਲਡ ਕੱਪ ਖੇਡਣਾ ਚਾਹੁੰਦਾ ਸੀਗਾ, ਪਰ ਕਈਆਂ ਦੇ ਕੁਛ ਮਾੜੀਆਂ ਨੀਤੀਆਂ ਕਰਕੇ ਵੀ ਮੈਨੂੰ ਵਰਲਡ ਕੱਪ 'ਚੋਂ ਕੱਢ ਦਿੱਤਾ ਗਿਆ। ਪਰ ਮੈਂ ਕਿਸੇ ਨੂੰ ਮਾੜਾ ਚੰਗਾ ਬੋਲਣ ਦੀ ਬਜਾਏ ਆਤਮ ਨਿਰਭਰ ਹੋਇਆ। ਮੈਂ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ ਨਾ ਇੱਕ ਦਾਅਵਾ ਕੀਤਾ ਸੀ ਕਿ ਮੇਰੇ ਅੱਜ ਤੋਂ ਬਾਅਦ ਦੁਨੀਆ ਜੋ ਮੇਰਾ ਖੂਨ ਆਊਗਾ, ਵਰਲਡ ਕੱਪ ਖੇਡੂਗਾ, ਫਿਰ ਵਰਲਡ ਕੱਪ ਖੇਡੂਗਾ, ਫਿਰ ਦੁਨੀਆ ਵਰਲਡ ਕੱਪ ਜਿੱਤੂਗੀ। ਦੇਖੋ ਵੈਸਾ ਹੀ ਹੋਇਆ, ਉਹਨਾਂ ਨੂੰ ਦੇਖ ਮੈਨੂੰ ਹੌਸਲਾ ਮਿਲਿਆ, ਮੇਰਾ ਆਤਮ ਵਿਸ਼ਵਾਸ ਜਾਗ ਗਿਆ, ਅਤੇ ਮੈਂ ਬਿਲਕੁਲ ਨਿਡਰ ਹੋ ਕੇ ਅਤੇ ਆਤਮ ਵਿਸ਼ਵਾਸੀ ਹੋ ਕੇ ਮੈਂ ਵੀ ਮਨ 'ਚ ਸੋਚਿਆ ਕਿ ਹੁਣ ਅਗਲਾ ਅਸੀਂ ਜ਼ਿੰਦਗੀ ਨੂੰ ਜੀਵਾਂਗੇ, ਜਿੰਦਾ ਦਿਲ ਜ਼ਿੰਦਗੀ ਜੀਵਾਂਗੇ, ਅਤੇ ਸਾਡੇ ਬੱਚਾ ਵੀ ਹੋਊਗਾ, ਅਤੇ ਉਹ ਹੋਵੇਗਾ ਵੀ ਬੇਟਾ, ਅਤੇ ਮੇਰੇ ਸੁਪਨੇ ਉਹ ਪੂਰੇ ਕਰੇਗਾ। ਤੁਸੀਂ ਯਕੀਨ ਮੰਨੋਗੇ, ਮੇਰੇ ਜਿੰਨੀਆਂ ਵੀ ਪੁਰਾਣੀਆਂ ਇੰਟਰਵਿਊਆਂ ਚੱਕ ਕੇ ਦੇਖ ਲਓ, ਜਦੋਂ ਜੋ ਵੀ ਹੋਇਆ ਨਹੀਂ ਸੀ, ਉਦੋਂ ਵੀ ਮੈਂ ਦਾਅਵਾ ਕਰ ਚੁੱਕਿਆ ਸੀਗਾ, ਕਿਉਂਕਿ ਮੈਂ ਅੰਦਰ ਆਤਮ ਵਿਸ਼ਵਾਸ ਪੂਰਾ ਭਰ ਚੁੱਕਿਆ ਸੀਗਾ। ਅਤੇ ਤੁਹਾਡੇ ਸਾਹਮਣੇ ਹੀ ਆ ਹੁਣ, ਜਦੋਂ ਫਿਰ ਬੇਟਾ ਹੋਇਆ, ਮੈਂ ਗੁਰੂ ਜੀ ਨੂੰ ਫੋਨ ਮਾਰਿਆ, ਜੋਗਰਾਜ ਸਿੰਘ ਜੀ ਨੂੰ, ਵੀ ਇੱਦਾਂ ਕਰਕੇ ਵੀ ਵਾਕਈ ਚਲੋ ਕਿਰਪਾ ਹੋ ਗਈ ਆ, ਜੋਗਰਾਜ ਬੇਟਾ ਹੋਇਆ ਮੇਰੇ। ਅਤੇ ਫਿਰ ਉਹਨਾਂ ਨੇ ਦੱਸਿਆ, ਕਹਿੰਦੇ ਉਹ ਪਾਠ 'ਤੇ ਬੈਠੇ ਸੀ, ਕਹਿੰਦੇ ਬੇਟਾ ਸ਼ੋਰਟ 'ਚ ਗੱਲ ਕਰ ਵੀ ਪਾਠ 'ਤੇ ਬੈਠਾ ਵਾਂ, ਅਤੇ ਹੋ ਗਈ ਖੁਸ਼ਖਬਰੀ ਜਿਵੇਂ ਉਹ ਜਾਣੀ ਜਾਣ ਹੁਣ। ਚਲੋ ਮੈਂ ਤਾਂ ਫਿਲਹਾਲ ਇਹਨਾਂ ਗੱਲਾਂ ਯਕੀਨ ਨਹੀਂ ਕਰਦਾ, ਮੈਂ ਪੜ੍ਹਿਆ ਲਿਖਿਆ ਵਾਂ, ਅਤੇ ਪਰ ਫਿਰ ਵੀ ਜੋ ਮੇਰੇ ਨਾਲ ਪ੍ਰੈਕਟੀਕਲੀ ਹੋਇਆ, ਅਤੇ ਫਿਰ ਉਹ ਮੈਂ ਦੱਸਿਆ ਮਖਾ ਵੀ ਪਰ ਇੱਕ ਚੱਕਰ ਪੈ ਰਿਹਾ ਵਾ ਵੀ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਤਾਂ ਹੋ ਗਿਆ ਇਹ ਬੱਚਾ, ਅਤੇ ਸਹੁਰੇ ਕਹਿ ਰਹੇ ਸੀ ਇਹਦਾ ਨਾਮ ਮੰਮੇ ਦੇ ਜਾਂ ਦਾਦੇ 'ਤੇ ਨਾਮ ਨਿਕਲਿਆ, ਉਹ ਕਹਿੰਦੇ ਨਹੀਂ ਵੀ ਮੇਰੇ ਦਾ ਬੱਚਾ ਹੋਇਆ ਸੀਗਾ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ, ਮੈਂ ਤਾਂ ਯੁਵਰਾਜ ਸਿੰਘ ਰੱਖਿਆ ਸੀਗਾ। ਹਾਂਜੀ, ਫਿਰ ਜਦੋਂ ਉਹਨਾਂ ਨੇ ਦੱਸਿਆ ਵੀ ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਆ, ਤਾਂ ਮੈਨੂੰ ਉਹਨਾਂ ਦੇ ਅਸੂਲਾਂ ਦੇ ਰੂਲਾਂ 'ਤੇ ਚੱਲਣਾ ਪੈਣਾ ਸੀਗਾ, ਅਤੇ ਫਿਰ ਮੈਂ ਯੁਵਰਾਜ ਸਿੰਘ ਰੱਖਿਆ। ਅਤੇ ਜਦਕਿ ਬੜਾ ਸਹੁਰਿਆਂ ਨੇ ਕਿਹਾ ਵੀ ਪੰਡਿਤ ਜੀ ਕਹਿੰਦੇ ਨੇ ਵੀ ਇੱਦਾਂ ਕਰਕੇ ਵੀ ਜੇ ਇਸ ਨੰਬਰ ਤੋਂ ਬਗੈਰ ਤੁਸੀਂ ਨਾਮ ਰੱਖੋਗੇ ਤਾਂ ਇਹ ਜ਼ਿੰਦਗੀ ਕੁਛ ਬਣੇਗਾ ਨਹੀਂ, ਇਸ ਤਰ੍ਹਾਂ ਹੀ ਹੈਗਾ। ਹਾਂਜੀ, ਮੈਂ ਤਾਂ ਜਿਸ ਤਰ੍ਹਾਂ ਲਾਸਟ ਸਟੇਜ 'ਤੇ ਪਹੁੰਚ ਗਿਆ ਸੀਗਾ, ਅਤੇ ਕੁਛ ਇੱਦਾਂ ਹੀ ਮੈਨੂੰ ਹੌਸਲਾ ਭਰਿਆ, ਅਤੇ ਉਹਨਾਂ ਨੇ, ਅਤੇ ਉਦੋਂ ਬਾਅਦ ਦੁਬਾਰਾ ਜ਼ਿੰਦਗੀ ਦੀ ਸ਼ੁਰੂਆਤ ਹੋਈ ਆ, ਅਤੇ ਅੱਜ ਤੁਹਾਡੇ ਸਾਹਮਣੇ ਆਈ। ਫਿਰ ਬੇਟਾ ਕਿੰਨੇ ਸਾਲ ਤੋਂ ਤੁਹਾਡੇ ਨਾਲ ਇਹ ਜਿਹੜਾ ਕੰਮ ਕਰਨ ਲੱਗ ਗਿਆ ਸੀ? ਇਹ ਤਾਂ ਬਚਪਨ ਦੇ ਵਿੱਚ ਇਸ ਤਰ੍ਹਾਂ ਇੱਦਾਂ ਸੀ ਨਾ, ਸਾਡੀ ਸਿੰਗਲ ਫੈਮਿਲੀ ਸੀਗੀ, ਕੋਈ ਇਹਨਾਂ ਨੂੰ ਗੋਦੀ ਚੱਕਣ ਵਾਲਾ ਨਹੀਂ ਸੀ, ਕੋਈ ਖਿਡਾਉਣ ਵਾਲਾ ਨਹੀਂ ਸੀ, ਇਹ ਮੇਰੇ ਟੂਲਾਂ 'ਚ ਖੇਡਦੇ ਤੁਰਦੇ ਫਿਰਦੇ ਰਹਿੰਦੇ ਸੀਗੇ, ਖੇਡਦੇ ਰਹਿੰਦੇ ਸੀਗੇ, ਉੱਥੋਂ ਤੋਂ ਇਹਨੂੰ ਇੰਟਰਸਟ ਬਣ ਗਿਆ, ਅਤੇ ਇਹ ਖੇਡਣ ਇਹ ਕੰਮ ਸਿੱਖਿਆ ਜੀ। ਹਾਂਜੀ ਸਾਰੇ ਕੰਮ ਇਹ ਕਰ ਲੈਂਦਾ ਜੀ, ਤੁਸੀਂ ਦੇਖਿਆ ਹੀ ਆ ਅਲਫਾਬੈਟ ਦੇ ਹਰ ਇੱਕ ਨਾਮ 'ਤੇ ਟੂਲ ਦਾ ਨਾਮ ਜਾਣਦਾ ਵਾ, ਅਤੇ ਕੰਮ ਕਰ ਲੈਂਦਾ ਜੀ।